ਟੈਂਕੀ ਤੇ ਦੇਖੋ ਪਹਿਲਾਂ ਤਾਂ ਕੀ ਜੱਪ ਰਿਹਾ ਹੈਗਾ ਨਾ 15-20 ਸਾਲ ਬਾਅਦ ਧੋ ਰਹੇ ਇਹਨੂੰ ਆਪਾਂ ਲੱਗ ਰਿਹਾ ਨਾ ਪਤਾ ਲੱਗ ਰਿਹਾ ਤੁਹਾਨੂੰ ਬਾਕੀ ਬਾਈ ਹੋਰਾਂ ਨੂੰ ਪਤਾ ਹੋਊਗਾ ਉਹਨਾਂ ਨੂੰ ਮੈਂ ਪੁੱਛ ਕੇ ਦੱਸ ਦੂੰਗਾ 15-20 ਸਾਲ ਦਾ ਮੈਨੂੰ ਲੱਗ ਰਿਹਾ ਜਿਹੜੇ ਹਾਲਾਤ ਨਾਲ ਟੈਂਕੀ ਦੇ ਉੱਤੇ ਮਿੱਟੀ ਚੜੀ ਹੈਗੀ ਅੰਦਰ ਦੀ ਘੱਟੋ ਘੱਟ 15-20 ਅੱਧੀ ਕਿੱਕ ਤੇ ਸਟਾਰਟ ਮੇਰਾ ਜਾਮਾ ਤੇ ਹਾਂਜੀ ਦੋਸਤੋ ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤੇ ਤੁਹਾਨੂੰ ਪਤਾ ਹੀ ਹੈ ਵੀ ਆਹ ਫੋਰਡ ਆਪਣੇ ਕੋਲ ਮੋਡੀਫਾਈ ਹੋਣ ਲਈ ਆਇਆ ਹੈਗਾ ਤੇ ਮੇਰੇ ਹਿਸਾਬ ਨਾਲ ਘੱਟੋ ਘੱਟ ਕਹਿ ਰਿਹਾ ਮੈਂ ਘੱਟੋ ਘੱਟ ਵੀ 15-20 ਸਾਲ ਹੋ ਗਏ ਹੁਣ ਇਹਨੂੰ ਕਿਸੇ ਨੇ ਧੋਇਆ ਨਹੀਂ ਹੋਣਾ ਇਹਦੀ ਇਹੋ ਜਿਹੀ ਹਾਲਤ ਹੈਗੀ ਹਾਲਤ ਇੰਨੀ ਮਾੜੀ ਹੈ ਤੇ 1981 ਮਾਡਲ ਹੈ ਜਿੱਥੋਂ ਤੱਕ ਹੁਣ ਤੱਕ ਮੈਨੂੰ ਪਤਾ ਲੱਗਿਆ ਹੈਗਾ ਤੇ ਚਾਰ ਭਰਾਵਾਂ ਨੇ ਇਕੱਠਿਆਂ ਨੇ ਇਹ ਖਰੀਦਿਆ ਸੀਗਾ ਜਿਹੜਾ ਆਹ ਫੋਰਡ ਹੈਗਾ ਚਾਰ ਭਰਾਵਾਂ ਨੇ ਇਕੱਠਿਆਂ ਨੇ ਇਹ ਫੋਰਡ ਖਰੀਦਿਆ ਸੀਗਾ ਪਰ ਐ ਲਾ ਲਓ ਵੀ ਇਹ ਫੋਰਡ ਨਾਲ ਜ਼ਿਆਦਾ ਕੰਮ ਨਹੀਂ ਲਿਆ ਗਿਆ ਇਹ ਤੋਂ ਇਹਦੇ ਵਿੱਚ ਸ਼ੁਰੂ ਤੋਂ ਹੀ ਦਿੱਕਤ ਆਉਣ ਲੱਗ ਗਿਆ ਸੀਗਾ ਇਹਦੇ ਹੈੱਡ 'ਚ ਪ੍ਰੋਬਲਮ ਸੀਗੀ ਜਾਂ ਜ਼ੋਰ ਘੱਟ ਮਾਰਦਾ ਸੀ ਜਿਵੇਂ ਜਿਹੜਾ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਇਹ ਤੋਂ ਜ਼ਿਆਦਾ ਕੰਮ ਨਹੀਂ ਲਿਆ ਗਿਆ ਅਤੇ ਐਂ ਇਹਦੀ ਹਾਲਤ ਵਿਚਾਰੇ ਦੀ ਦਿਨੋਂ ਦਿਨ ਵਿਗੜਦੀ ਹੀ ਗਈ ਅਤੇ ਐਂ ਖੜ੍ਹਾ ਰਿਹਾ ਇਹ ਟਰੈਕਟਰ ਅੱਗੇ ਦੀ ਅੱਗੇ ਕੋਈ ਲੈਣ 50,000 'ਚ ਇੱਕ ਵਾਰ ਇਹ ਟਰੈਕਟਰ ਵਿਕ ਵੀ ਗਿਆ ਉਹਨਾਂ ਦੇ ਘਰੋਂ ਅਤੇ 50,000 'ਚ ਜਿਹਨੇ ਖਰੀਦਿਆ ਉਹ ਵੀ ਨਹੀਂ ਦੁਬਾਰੇ ਲੈਣ ਆਇਆ ਟਰੈਕਟਰ ਦੀ ਹਾਲਤ ਇੰਨੀ ਕੁ ਮਾੜੀ ਹੈ ਵੀ ਉਹ ਕਹਿੰਦਾ ਵੀ 50,000 'ਚ ਵੀ ਮੈਨੂੰ ਮਹਿੰਗਾ ਫਿਰ ਉਹ ਜਿਹੜੇ ਚਾਰ ਭਰਾ ਸੀ ਉਹਨਾਂ ਦੇ ਵਿੱਚੋਂ ਇੱਕ ਦੇ ਪੁੱਤਰ ਨੇ ਮੈਂ ਹੁਣ ਮੈਨੂੰ ਡਿਟੇਲ 'ਚ ਨਹੀਂ ਪਤਾ ਪੋਤੇ ਨੇ ਜਾਂ ਪੁੱਤਰ ਨੇ ਵੀਰੇ ਤੋਂ ਆਪਾਂ ਵੀਡੀਓ ਮੰਗਾਵਾਂਗੇ ਆਪਣੇ ਤਾਏ ਤੋਂ 40,000 ਰੁਪਏ ਦੇ ਵਿੱਚ ਇਹ ਫੋਰਡ ਖਰੀਦ ਲਿਆ ਅਤੇ 40,000 'ਚ ਖਰੀਦ ਕੇ ਫਿਰ ਖੜਾਈ ਰੱਖਿਆ ਕਾਫੀ ਸਾਲ ਫਿਰ ਖੜਾ ਰਿਹਾ ਅਤੇ ਉਸ ਤੋਂ ਬਾਅਦ ਹੁਣ ਆਪਣੀ ਵੀਡੀਓ ਦੇਖ ਕੇ ਆਪਣੇ ਕੋਲ ਇਹ ਟਰੈਕਟਰ ਮੋਡੀਫਾਈ ਕਰਨ ਲਈ ਉਹਨਾਂ ਨੇ ਕਹਿੰਦੇ ਵੀ ਤੁਸੀਂ ਇਹਨੂੰ ਮੋਡੀਫਾਈ ਕਰੋ ਅਤੇ ਆਪਣੇ ਕੋਲ ਭੇਜਿਆ ਅਤੇ ਇਹਦੀ ਹਾਲਤ ਆਪਣੇ ਕੋਲ ਵੀ ਹੋ ਗਏ 10-15 ਦਿਨ ਹੋ ਗਏ ਐਂ ਖੜ੍ਹਾ ਹੈਗਾ ਅਤੇ ਇਹਦੀ ਹਾਲਤ ਮਾੜੀ ਜੀ ਸਧਾਰਨ ਵਾਸਤੇ ਆ ਨਾਲੋ ਵੀ ਇਹਨੂੰ ਐਂ ਲੱਗਣ ਲੱਗ ਜੇ ਵੀ ਹਾਂ ਹੁਣ ਮੇਰੀ ਜੂਨ ਸੁਧਰੂਗੀ ਮੇਰੇ 'ਚ ਸੁਧਾਰ ਆਊਗਾ ਆਪਾਂ ਥੋੜ੍ਹਾ ਜਿਹਾ ਅੱਜ ਇਹਨੂੰ ਹੱਥ ਲਾ ਲਈਏ ਅਤੇ ਇਹਦੀ ਸਾਫ਼ ਸਫਾਈ ਕਰ ਲਈਏ ਇਹਨੂੰ ਧੋ ਲਈਏ ਨਾਲੇ ਆਪਾਂ ਨੂੰ ਇਹਦੀ ਅਸਲ ਕੰਡੀਸ਼ਨ ਦਾ ਪਤਾ ਲੱਗ ਜਾਣੇਗਾ ਅਤੇ ਹਾਲਤ ਇੰਨੀ ਕੁ ਮਾੜੀ ਹੈ ਤੁਸੀਂ ਆਪ ਸੋਚ ਲਓ ਆਪ ਦੇਖੋ ਤੂੜੀ ਭਰੀ ਪਈ ਹੈ ਪਰ ਸਭ ਤੋਂ ਵੱਡੀ ਗੱਲ ਹਿੰਮਤ ਨਹੀਂ ਛੱਡੀ ਬੋਰਡ ਨੇ ਇਹ ਅੱਜ ਵੀ ਇਹ ਹਾਲਤ ਦੇ ਵਿੱਚ ਵੀ ਇਹਦੀ ਸੈਲਫ ਚੱਲਦੀ ਹੈ ਅਤੇ ਇਹ ਸਟਾਰਟ ਹੋ ਜਾਂਦਾ ਤੁਹਾਨੂੰ ਪਹਿਲਾਂ ਸਟਾਰਟ ਕਰਕੇ ਦਿਖਾਉਣੇ ਹੈਗੇ ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਗੇੜਾ ਲਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਉਸ ਤੋਂ ਬਾਅਦ ਇਹਨੂੰ ਧੋਣੇ ਹੈਗੇ ਆਹ ਟਰੈਕਟਰ ਵੀ ਤੁਹਾਨੂੰ ਪਤਾ ਹੀ ਹੈਗਾ ਇਹ ਵੀ ਕੁਲਦੀਪ ਵੀਰੇ ਦਾ ਟਰੈਕਟਰ ਹੈਗਾ ਇਹ ਵੀ ਬਹੁਤ ਸੋਹਣਾ ਤਿਆਰ ਹੋਣਾ ਹੈਗਾ ਇਹ ਓਰੀਜਨਲ ਇੰਜਨ ਹੈ ਇਹਦਾ ਓਰੀਜਨਲ ਮਤਲਬ ਵੀ ਇਹਦਾ ਫੋਰਡ ਵਾਲਾ ਇੰਜਨ ਕੀਤਾ ਹੈਗਾ ਬਾਕੀ ਜਿਹੜੇ ਆਪਾਂ ਦੂਸਰੇ ਟਰੈਕਟਰ ਅੱਜ ਕੱਲ੍ਹ ਮੋਡੀਫਾਈ ਕਰ ਰਹੇ ਹਾਂ ਉਹਨਾਂ ਦੇ ਵਿੱਚ ਆਪਾਂ ADI ਕਰ ਰਹੇ ਹਾਂਗੇ ਉਹਨਾਂ ਨੂੰ ADI ਇੰਜਨ ਕਰ ਰਹੇ ਹਾਂ ਅਤੇ ਪਹਿਲਾਂ ਆਹ ਟਰੈਕਟਰ ਸਾਈਡ 'ਤੇ ਕਰ ਦਿੰਦੇ ਆਪਾਂ ਤੇਰੀ ਜਗ੍ਹਾ 'ਤੇ ਉਹਨੂੰ ਲਾ ਲਾਂਗੇ ਫਿਰ ਆਹ ਟਰੈਕਟਰ ਸਾਈਡ 'ਤੇ ਕਰ ਦਿੰਦੇ ਹਾਂ ਸਟਾਰਟ ਕਰਕੇ ਅਤੇ ਉਹ ਟਰੈਕਟਰ ਸਾਈਡ 'ਤੇ ਲਾ ਦਿੱਤਾ ਹੈਗਾ ਅਤੇ ਆਹ ਵਾਲੇ ਟਰੈਕਟਰ ਦੀ ਜਿਹੜੀ ਕੰਡੀਸ਼ਨ ਹੈ ਨਾ ਤੁਸੀਂ ਆਪ ਦੇਖ ਲਓ ਅਤੇ ਪਹਿਲਾਂ ਤਾਂ ਹੁਣ ਰਣਵੀਰ ਹੋਰਾਂ ਦੇ ਪੁੱਛਦੇ ਹਾਂ ਆਪਾਂ ਵੀ ਉਹਨਾਂ ਨੂੰ ਯਕੀਨ ਹੈ ਤਾਂ ਨਹੀਂ ਛੁਰਿਆ ਆ ਜਾ ਲੁੱਟੇ ਅਤੇ ਟਰੈਕਟਰ ਦੇਖਿਆ ਤਾਂ ਉਹਨੇ ਮਾੜਾ ਜਿਹਾ ਅੰਦਰੋਂ ਦੇਖੋ ਨਿਗਾਹ ਮਾਰ ਲਓ ਸਾਰੇ ਆ ਜਾ ਰਣਵੀਰ ਸਿੰਘ ਕਿਹਨੂੰ ਕਿਹਨੂੰ ਯਕੀਨ ਹੈ ਸਟਾਰਟ ਹੋ ਜੂਗਾ ਸ਼ਰਤ ਲਾਓ ਫਿਰ ਚੱਲ ਤੂੰ ਕਹਿੰਦਾ 2-3 ਸੈਲਫਾਂ ਚ ਹੋਊਗਾ ਤਨਿਸ਼ ਤੂੰ ਕੀ ਕਹਿੰਦਾ ਵੀ ਸਟਾਰਟ ਹੀ ਨਹੀਂ ਹੁੰਦਾ ਕਿਉਂ ਹੈ ਉੱਚੀ ਬੋਲੀ ਕੀ ਹੈ ਤੂੜੀ ਭਰੀ ਪਈ ਹੈ ਵਿੱਚ ਕਹਿੰਦਾ ਹਾਲਤ ਹੀ ਬਾਹਲੀ ਖਰਾਬ ਹੈ ਨਾ ਵੀ ਲੱਗਦੀ ਨਹੀਂ ਬਾਕੀ ਬਾਈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜਿਹੜੇ ਭਰਾ ਦੇਖ ਰਹੇ ਹੋਗੇ ਇਹ ਸਟਾਰਟ ਹੋ ਜੂਗਾ ਪਹਿਲੀ ਸੈਲਫ 'ਚ ਹੁਣੀ ਕਮੈਂਟ ਕਰ ਦਿਓ ਬਾਅਦ 'ਚ ਦੇਖ ਕੇ ਨਾ ਲਈਏ ਉਹ ਹੁਣੀ ਕਮੈਂਟ ਕਰ ਦਿਓ ਪਹਿਲੀ ਸੈਲਫ 'ਚ ਸਟਾਰਟ ਹੋ ਜੂਗਾ ਅਦਬ ਤੂੰ ਦੱਸ ਕਿੰਨੀਆਂ ਸੈਲਫਾਂ ਸਟਾਰਟ ਹੋ ਰਣਵੀਰੇ ਪਹਿਲੀ 'ਚ 2-3 ਸੈਲਫਾਂ 'ਚ ਤਾਂ ਸਟਾਰਟ ਹੋ ਤੂੰ ਕਹਿੰਦਾ ਸਟਾਰਟ ਹੀ ਨਹੀਂ ਹੁੰਦਾ ਨਾ ਪਹਿਲੀ 'ਚ ਹੋ ਜੂਗਾ ਆਹ ਮੁੰਡਾ ਦੇਖਦੇ ਹਾਂ ਜੇ ਜਿੱਤ ਸਕਦਾ ਹੈਗਾ ਅਤੇ ਚਲੋ ਆਪਾਂ ਇਹਦੇ ਉੱਤੇ ਬੈਟਰੀ ਲਾਉਣੇ ਹੁਣ ਦੇਖਦੇ ਹਾਂ ਫਿਰ ਅਤੇ ਲਓ ਜੀ ਵੀਡੀਓ ਬਣਾ ਰਹੇ ਸੀ ਅਤੇ ਸਾਨੂੰ ਦੇਖ ਕੇ ਹੋਰ
ऑडियंस इकट्ठी हो गई है ना, साढ़े जवाक होर पिंड दे अपने सारे इकट्ठे हो चुके हैं, तो इन्हों तो भी आप पुछते हैं, तो इन्हों हूँ आप थोड़ा जहा फन कर देंगे। इनाम कि रखिए, मैं ऐसी ना पहला भी कुछ मुंडिया ने अपने कमेंट किए, तो आप शुरू तो दोबारा एक बार कमेंट कराने भी ये ट्रैक्टर की हालत दिख रही है तुम्हें सारे पता भी किनवी सैल्फ च स्टार्ट होगा जोड़ा जित गया है जेड़ा जेड़ा जिदी जेड़ा जितूगा उन्होंने फिर किन्ने इनाम रखिए 50 रुपये बहुत ने बस ठीक है फिर 50 रुपये इनाम है वह तो जोड़ा जितूगा ठीक है ना। पहला पहला आप पुछ देंगे हाँ जी पर नाम भी दस दिए अपना। मेरा नाम है जी हरमन सिंह जी, तो ट्रैक्टर तीजी सैल्फ स्टार्ट हो तीजी आपका नोट रखियो। सहवाज सिंह सिद्धू मेरा नाम है, तो ट्रैक्टर पहले तीन सैल्फ स्टार्ट हो सकता। पहली तीन च होते पहले है नहीं एक गया तीजी या पहली दूजी दूजी हाँ जी। मेरा नाम पता ही है पहले चू की पता ही है दस ना। मेरा नाम रणवीर है, तो पहली पहली सैल्फ स्टार्ट हो ठीक है मैं लगता वीडियो सुनने नहीं होना। हाँ जी मेरा नाम रॉबिन है, ये दूजी सेल्फ स्टार्ट है दूजी च होगा। मेरा नाम हर्ष है, ये तीजी च सेल्फ स्टार्ट होगा। मेरा नाम जपे आहा दूजी च होगा दूजी च होगा तीजी चौथी च होगा। तू तो कहंदा सी हुंदा ही नहीं है पहला कहंदा सी है किन्नी विच दूजी तीजी ठीक है। ओ आ दो बंदे गंदे ने साडे च पिंड दे सब तो गंदे जवाक यही ने साडे पिंड च नहीं हैगा फिर अच्छा फिर चुप कर जा। किनवी सेल्फ च दूजी तीजी तीसरी तीसरी ठीक है तेरी चौथी च पहली च होजूगा किनी सेल्फ च स्टार्ट होगा मैं नहीं दसदा बस ये तो है दो च ठीक है। हुण पहली पहली वाले किन्ने बंदे हो गए अपने च मैं हो गया ओ इतना तो पूछ ही नहीं है अपने तो छोटे तो हाँ जी किनवी सेल्फ स्टार्ट होगा पानी पाने गे पहला तो पानी लगे रणवीर बाल्टी रणवीर ਅੰਦਰੋਂ ਪਾਣੀ ਲੈ ਗਿਆ ਰੇਡੀਏਟਰ 'ਚ ਪਾਣੀ ਨਹੀਂ ਹੈਗਾ ਅਤੇ ਇਹਦੇ ਰੇਡੀਏਟਰ 'ਚ ਪਾਣੀ ਪਾ ਰਹੇ ਹਾਂ ਅੱਗੇ ਹੋ ਕੇ ਪਾ ਦੇ ਅੱਗੇ ਹੋ ਕੇ ਪਾ ਦੇ ਸੈਲ ਤੂੰ ਪਾ ਦੇ ਯਾਰ ਹਾਂ ਇਹ 'ਚ ਦੇਖਣ ਨਾਲ ਕਿੰਨੇ ਡੱਬੇ ਪਾਣੀ ਪੈਂਦਾ ਲੀਕ ਵੀ ਇਹ ਚੱਲ ਆਪਣਾ ਸਟਾਰਟ ਕਰਕੇ ਇੱਧਰ ਜਾ ਕੇ ਜਾਣ ਜੋਗਾ ਜੀ ਨਾਲੇ ਧੋ ਲਾਂਗੇ ਇਹਨੂੰ ਫਿਰ ਬਾਅਦ 'ਚੋਂ ਅਤੇ ਚਲੋ ਮੁੰਡੇ ਵੀ ਐਕਸਾਈਟਡ ਨੇਗੇ ਦੇਖਣ ਵਾਸਤੇ ਵੀ ਕਿੰਨੀ ਵੀ ਸੈਲ ਦੇ ਵਿੱਚ ਸਟਾਰਟ ਹੁੰਦਾ ਅਤੇ ਕਿਹੜਾ ਜਿੱਤੇਗਾ ਅਤੇ ਆਪਣੇ ਹਾਲਾਤ ਤੁਹਾਨੂੰ ਇਹ ਟਰੈਕਟਰ ਦਿਖਾਉਣਾ ਮੈਂ ਆਹ ਦੇਖੋ ਮਿੱਟੀ ਲੱਗੀ ਹੋਈ ਅਤੇ ਆਹ ਦੇਖੋ ਇਹਦੇ ਸਟੀਅਰਿੰਗ ਦੇ ਨੀਚੇ ਦਾ ਹਾਲ ਤੇਰੀਆਂ ਮੈਂ ਫੋਟੋਆਂ ਵੀ ਹੁਣੀ ਕਲਿੱਕ ਕਰਕੇ ਰੱਖ ਲੂੰਗਾ ਫਿਰ ਜਦੋਂ ਆਪਾਂ ਇਹ ਟਰੈਕਟਰ ਤਿਆਰ ਹੋ ਗਿਆ ਨਾ ਫਿਰ ਦੇਖਾਂਗੇ ਇਹ ਕਿਹੋ ਜਿਹਾ ਬਣਦਾ ਹੈ ਨਾ ਹੁਣੀ ਆਪਾਂ ਇਹਦੀਆਂ ਹਾਲਾਤ ਦੀਆਂ ਫੋਟੋਆਂ ਇਹਦੀਆਂ ਹੁਣੀ ਕਲਿੱਕ ਕਰਕੇ ਰੱਖ ਲਾਂਗੇ ਜਿਹੜੀਆਂ ਅਤੇ ਆਹ ਪਿੱਛੋਂ ਇਹਦੀ ਹਾਲਤ ਹੈ ਮਗਰਾੜ ਮਰੂੜ ਸਾਰੇ ਜਦ ਨਾਲ ਝੜੇ ਪਏ ਨੇਗੇ ਆਹ ਦੇਖੋ ਤੇ ਇੱਕ ਵਾਰ ਐਂ ਲਾ ਲਓ ਇਹਦੀ ਅਸੀਂ ਬੈਟਰੀ ਵੀ ਚੇਂਜ ਕਰ ਲਈ ਹੈ ਬੈਟਰੀ ਲੋ ਸੀ ਪਹਿਲਾਂ ਵਾਲੀ ਅਤੇ ਹੁਣ ਇਹਨਾਂ ਨੂੰ ਯਾਦ ਹੀ ਨੇਗੇ ਬਾਕੀ ਹੁਣ ਬੰਦੇ ਮੁੱਕਰੀ ਜਾ ਰਹੇ ਨੇ ਕੋਈ ਕਹਿੰਦਾ ਪਹਿਲੀ 'ਚ ਕੋਈ ਕਹਿੰਦਾ ਦੂਜੀ 'ਚ ਨਾ ਹੁਣ ਇਹ ਵੀਡੀਓ ਦੇ 50 ਰੁਪਏ ਨਾਮ ਹੈ ਚੱਲ ਚੁੱਪ ਕਰ ਚੁੱਪ ਇਹਨਾਂ ਦਾ ਹੁਣ ਨਾ ਜਿਹੜੀ ਪਹਿਲਾਂ ਵੀਡੀਓ ਬਣੀ ਸੀ ਉਹੀ ਰਹੂਗੀ ਠੀਕ ਹੈ ਵੀਡੀਓ ਦੇ ਵਿੱਚ ਦੇਖ ਕੇ ਫਿਰ ਇਨਾਮ ਦੇਵਾਂਗੇ ਜਿਹੜਾ ਜਿੱਤੂਗਾ ਠੀਕ ਹੈ ਜੇ ਦੋ ਜਣ ਬਈ ਇਹ ਹੁਣ ਤੁਸੀਂ ਨਾ ਹੁਣ ਨਾ ਮੁਕਰੋ ਹੁਣ ਜਿਹੜੀ ਪਹਿਲਾਂ ਸੈਲਫ ਆਪਣੀ ਪਹਿਲਾਂ ਸੈਲਫ ਜਿਹੜੀ ਪਹਿਲਾਂ ਵੀਡੀਓ ਬਣੀ ਸੀ ਉਹੀ ਰਹੂਗੀ ਅਤੇ ਆਪਾਂ ਰਣਵੀਰ ਆ ਜਾ ਇੱਧਰ ਪੁੱਤ ਮੈਂ ਵੀਡੀਓ ਉੱਥੇ ਸੈਲਫ ਮਾਰੂੰਗਾ ਉੱਪਰ ਬੈਠ ਕੇ ਮਾਰੂੰਗਾ ਸੈਲਫੀ ਨਹੀਂ ਬਚ ਰਹੀ ਚਲੋ ਮਿਲਦੇ ਹਾਂ ਅਗਲੀ ਵੀਡੀਓ ਆਹ ਲੈ ਕੈਮਰਾ ਕਿਲਿੰਗ।
ट्रैक्टर दा लो शर्त लगिया लगाइया रह गई मतलब पेज कस ना स्टार्ट करना पेगा यदि सैल्फी खराब होगी सैल्फी नहीं चल रही है बाकी आप एक बार ट्राई कर लेने सैल्फी नहीं चल रही है सैल्फी खराब है ट्रैक्टर साडा होयागा चौथी सैल्फ ते स्टार्ट ते वैलिया ने कैमरा बंद कर रखा सीगा ते इन्हां ने कैमरा बंद कर रखा चौथी सैल्फ वाला की जिन्हें चौथी गया सीगा वो जित्या कौन किने गया चौथी सैल्फ रोला पै गया चल मैं ट्रैक्टर इधर ले गया वीडियो बनाओ हुण लो भी बंद हो गया ट्रैक्टर अपने को जिथे धोन वाली जगह पहुंच चुका है इन बस हम धोना ही अपने हालात देख लो टायर के हालात सीट के हालात आ ट्यूब निकली है बिचो आओ भी हुण किने गया सीगा चार नंबर ते किने गया सीगा चार नंबर है वीडियो च देखी हुण चार नंबर ते होया यार चार ते होया पांच किने गया सीगा नहीं आपां देख लैणे चार ते होयागा सेल्फ आपां देख लैणे चौथी च पहली च होजूगा किड्डी सेल्फ स्टार्ट होगा मैं नहीं दसदा ते ए ट्रैक्टर थोड़ा मैं तुसी क्लिप देख ही लिया भी केड़ा जवाक जित्ते गया पुत की नाम है थोड़ा महकदीप सिंह देखो 50 रुपए जित गया मुंडा
ਨਾ ਹੁਣ ਰੋਲਾ ਨਹੀਂ ਪਾਇਆ ਕਿਸੇ ਨੇ ਉਦਾਸ ਜੇ ਗਿਆ ਪਹਿਲਾਂ ਤਾਂ ਇੰਨਾ ਰੋਲਾ ਪਾਇਆ ਉਦਾਸ ਜੇ ਗਿਆ ਮਿਲ ਗਿਆ ਰਣਵੀਰ ਦੇ ਤੇ ਮੈਂ ਜਿੱਤ ਗਿਆ 50 ਰੁਪਏ ਬਾਈ चाबी कर ली यह ट्रैक्टर वैसे पहली सैल्फ स्टार्ट होने वाला सैल्फी खराब हो गई फिर आप पेचकस नाल स्टार्ट किया किस्मत देख लो तुसीं ना जिवें किस्मत बननी हुंदी हैगी ਵੀ ਉਹਨੇ ਚੌਥੀ ਗਿਆ ਸੀ ਉਹਦੀ ਚੌਥੀ ਨੇ ਲਈ ਐ ਲਾ ਲਓ ਜਿਹੜੀ ਚੀਜ਼ ਪਹਿਲੀ ਸੈਲਫ 'ਚ ਸਟਾਰਟ ਜਾਂ ਦੂਜੀ 'ਚ ਹੋਣੀ ਚਾਹੀਦੀ ਸੀ ਉਹ ਚੌਥੀ 'ਚ ਹੀ ਹੋਈ ਹੈਗੀ ਲੱਕ ਤੇ ਚਲੋ ਇਹਨੂੰ ਧੋਈਏ ਹੁਣ ਆਪਾਂ ਯਾਰ ਆ ਸਭ ਟੁੱਪ ਬਹੁਤ ਬੰਦਾ ਹੈ ਇੱਕ ਬੰਦੇ ਨੇ ਸਾਰੇ ਦਪਾਏ ਹੋਏ ਨੇ ਦੇਖ ਲਓ ਬਾਲਾ ਖਰਾਬ ਹੈ ਵੀਡੀਓ 'ਚ ਨਹੀਂ ਬੋਲਦਾ ਬੋਲਦਾ ਬਹੁਤ ਹੈ ਤੇ ਚਲੋ ਇਹਦੀ ਮੈਂ ਫੋਟੋਆਂ ਖਿੱਚ ਲਈਆਂ ਨੇ ਕਿ ਇਹਦੀ ਜਿੰਨੀ ਵੀ ਇਹਦੇ ਪੁਰਾਣੇ ਹਾਲਾਤ ਸੀ ਸਾਰੇ ਆਪਾਂ ਨੇ ਸੇਵ ਕਰਕੇ ਰੱਖ ਲਏ ਨੇ ਤੇ ਫੋਟੋ ਆਪਾਂ ਨੇ ਖਿੱਚ ਲਈਆਂ ਨੇ ਤੇ ਹੁਣ ਇਹਦਾ ਜਿਹੜਾ ਇਹਦਾ ਆਪਣਾ ਹੈਗਾ ਤੇ ਆਹ ਆਪਣਾ ਵਾਸ਼ਰ ਹੈਗਾ ਇਹ ਜਿਹੜਾ ਜਿਹਦੇ ਨਾਲ ਆਪਾਂ ਟਰੈਕਟਰ ਗੱਡੀਆਂ ਧੋਨੇ ਹੈਗੇ ਤੇ ਇੱਕ ਤਾਂ ਇਹਦੇ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈਗੀ ਪਾਣੀ ਦੀ ਬਹੁਤ ਬੱਚਤ ਕਰਦਾ ਇਹ ਤੇ ਪਾਣੀ ਮੈਂ ਤੁਹਾਨੂੰ ਦਿਖਾਉਣਾ ਵੀ ਕਿੰਨਾ ਕੁ ਨਿਕਲਦਾ ਹੈਗਾ ਜਦੋਂ ਟੂਟੀ ਚਲਾਉਂਦੇ ਆ ਇਹਦੇ ਵਿਚਲੀ ਬਿਨਾਂ ਚਲਾਏ ਮੋਟਰ ਤੇ ਪਾਣੀ ਤੁਹਾਨੂੰ ਦਿਖਾਉਣਾ ਮੈਂ ਪਾਣੀ ਕਿੰਨਾ ਕੁ ਨਿਕਲਦਾ ਇਹਦਾ ਇੰਨਾ ਕੁ ਪਾਣੀ ਨਿਕਲਦਾ ਦੇਖ ਲਓ ਤੁਸੀਂ ਜੇ ਆਪਾਂ ਉਹਨੂੰ ਚਲਾਏ ਤੋਂ ਬਿਨਾਂ ਆਪਾਂ ਨੂੰ ਪਤਾ ਲੱਗ ਰਿਹਾ ਵੀ ਇੰਨਾ ਕੁ ਪਾਣੀ ਜੇ ਆਪਾਂ ਧੋ ਰਹੇ ਹਾਂਗੇ ਤਾਂ ਇੰਨਾ ਕੁ ਪਾਣੀ ਵੇਸਟ ਹੁੰਦਾ ਹੈਗਾ ਠੀਕ ਹੈ ਜਮੇ ਥੋੜ੍ਹਾ ਜਿਹਾ ਪਾਣੀ ਹੈ ਜੇ ਆਪਾਂ ਦੇਖਿਆ ਜਾਵੇ ਅਤੇ ਦੇਖੋ ਜਦੋਂ ਇਹ ਇਲੈਕਟ੍ਰੋਨਿਕ ਚਲਾ ਲਿਆ ਇਹੀ ਪ੍ਰੈਸ਼ਰ ਕਿੰਨਾ ਬਣ ਜਾਂਦਾ ਹੈਗਾ ਉਹ ਤੂੜੀ ਦੇ ਗੁੜ ਦੀ ਅਤੇ ਇਹੀ ਪ੍ਰੈਸ਼ਰ ਦੇਖੋ ਕਿੰਨਾ ਤੇਜ਼ ਬਣ ਜਾਂਦਾ ਅਤੇ ਚਲੋ ਜਲਦੀ ਜਲਦੀ ਇਹਨੂੰ ਧੋਣਾ ਦਿਖਾਉਂਦੇ ਹੈਗੇ ਵੈਸੇ ਐਂ ਹੱਥ 'ਚ ਫੜ ਕੇ ਧੋਣ ਦਾ ਫਾਇਦਾ ਹੈਗਾ ਦੇਖੋ ਤੁਸੀਂ ਟੈਂਕੀ 'ਤੇ ਦੇਖੋ ਪਹਿਲਾਂ ਤਾਂ ਕੀ ਜੱਪਰ ਹੈ ਹੈਗਾ ਨਾ 15-20 ਸਾਲ ਬਾਅਦ ਧੋ ਰਹੇ ਇਹਨੂੰ ਆਪਾਂ ਲੱਗ ਰਿਹਾ ਨਾ ਪਤਾ ਲੱਗ ਰਿਹਾ ਤੁਹਾਨੂੰ ਬਾਕੀ ਬਾਈ ਹੋਰਾਂ ਨੂੰ ਪਤਾ ਹੋਊਗਾ ਉਹਨਾਂ ਨੂੰ ਮੈਂ ਪੁੱਛ ਕੇ ਦੱਸ ਦੂੰਗਾ 15-20 ਸਾਲ ਦਾ ਮੈਨੂੰ ਲੱਗ ਰਿਹਾ ਜਿਹੜੇ ਹਾਲਾਤ ਨਾਲ ਟੈਂਕੀ ਦੇ ਉੱਤੇ ਮਿੱਟੀ ਚੜੀ ਹੈਗੀ ਅੰਦਰ ਵੀ ਘੱਟੋ ਘੱਟ 15-20 ਸਾਲ ਹੋਏ ਹੋਏ ਨੇ ਇਹਨੂੰ ਵੀ ਧੋਇਆ ਨਹੀਂ ਕਿਸੇ ਨੇ ਦੇਖੋ ਮਿੱਟੀ ਦੀ ਕਿੱਡੀ ਮੋਟੀ ਪਰਤ ਜੰਮੀ ਹੋਈ ਇਹਦੇ ਉੱਤੇ ਕਾਲਸ ਦੀ ਮਿੱਟੀ ਦੀ ਕਿੱਡੀ ਮੋਟੀ ਪਰਤ ਇਹਦੇ ਉੱਤੇ ਜੰਮ ਚੁੱਕੀ ਹੈਗੀ ਬਹੁਤ ਟਾਈਮ ਖਾਊਗਾ ਇਹ ਟਰੈਕਟਰ ਅਤੇ ਬਹੁਤ ਜ਼ਿਆਦਾ ਮਾੜੇ ਹਾਲਾਤ ਨੇਗੇ ਹੁਣ ਵੀ ਤੁਸੀਂ ਦੇਖ ਲਓ ਇਹ ਪਾਣੀ ਮਾਰ ਕੇ ਇੱਕ ਵਾਰ 'ਚ ਉੱਤਰ ਨਹੀਂ ਰਿਹਾ ਸਾਰਾ ਘਰ ਇਹਦਾ ਤਾਂ ਬਈ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਇੰਨਾ ਕੁ ਪ੍ਰੈਸ਼ਰ ਤੇਜ਼ ਹੈਗਾ ਫਿਰ ਵੀ ਨਹੀਂ ਉੱਤਰ ਰਿਹਾ ਹੈਗਾ ਮਸਾਂ ਉੱਤਰ ਰਿਹਾਗਾ ਜਿੰਨਾ ਕੁ ਸਾਫ਼ ਹੋਇਆ ਦੇਖੋ ਤੁਸੀਂ ਅਤੇ ਇਹ ਤਾਂ ਬਾਈ ਇੱਕ ਮੇਰੇ ਮੂੰਹ 'ਚ ਐਂ ਨਿਕਲਦਾ ਸੀ ਵੀ ਪਤਾ ਨਹੀਂ ਟੋਬੇ 'ਚ ਖੜਾ ਹੁੰਦਾ ਹੈਗਾ ਐਂ ਲੱਗਦਾ ਵੀ ਟੋਬੇ 'ਚੋਂ ਕੱਢ ਕੇ ਲਿਆਉਂਦਾ ਹੁੰਦਾ ਇੰਨਾ ਜ਼ਿਆਦਾ ਪਾਪੜ ਇੰਨੇ ਜ਼ਿਆਦਾ ਹਾਰਡ ਹੋਏ ਪਏ ਨੇਗੇ ਮਿੱਟੀ ਦੇ ਪਾਪੜ ਜਿਹੜੇ ਨੇ ਅਤੇ ਇਹਦੀ ਵੀ ਜੂਨ ਬਦਲ ਹੋ ਗਈ ਇਹਦੀ ਵੀ ਜੂਨ ਬਦਲ ਅਤੇ ਇਹ ਨਾਲੋਂ ਵੀ ਇਹਨੇ ਸਾਹ ਨਹੀਂ ਛੱਡੇ ਹਿੰਮਤ ਦੇ ਟਰੈਕਟਰ ਨੇ ਹਿੰਮਤ ਨਹੀਂ ਛੱਡੀ ਹੈਗੀ ਵੀ ਇਹ ਹਾਲਾਤਾਂ ਦੇ ਵਿੱਚ ਹੁੰਦੇ ਹੋਏ ਵੀ ਇੰਨੇ ਸਾਲ ਦੇ ਬਾਅਦ ਇਹਦੀ ਇਹ ਨਾਲੋਂ ਵੀ ਸੈਲਫ 'ਤੇ ਸਟਾਰਟ ਹੋ ਰਿਹਾਗਾ ਤਾਂ ਬਹੁਤ ਵੱਡੀ ਗੱਲ ਹੈਗੀ ਅਤੇ ਹੁਣ ਇਹਦੇ ਇਹਨੇ ਸਾਹ ਨਹੀਂ ਛੱਡੇ ਅੱਗੇ ਅੱਗੇ ਹੌਸਲਾ ਫਿਰ ਆਪਣਾ ਵੀ ਹੁਣ ਰੱਖਾਂਗੇ ਅਤੇ ਇਹਨੂੰ ਬੰਬ ਬਣਾਵਾਂਗੇ ਅਤੇ ਆਹ ਨੀਚੇ ਵਾਲੀ ਮਿੱਟੀ ਇੰਨੀ ਕੁ ਹਾਰਡ ਹੋਈ ਪਈ ਹੈ ਮੈਂ ਪਾਣੀ ਮਾਰ ਮਾਰ ਕੇ ਥੱਕ ਗਿਆ ਤਾਂ ਨਾਲੋਂ ਵੀ ਪੇਚਕਸ ਨਾਲ ਹੀ ਖੁਰਚ ਕੇ ਉਤਰਨੀ ਹੈ ਪਾਣੀ ਦਾ ਪ੍ਰੈਸ਼ਰ ਇਹਦਾ ਕੰਮ ਹੀ ਨਹੀਂ ਕਰ ਰਿਹਾ ਸੀ ਪਾਣੀ ਦੇ ਪ੍ਰੈਸ਼ਰ ਨਾਲ ਇੰਨਾ ਤੇਜ਼ ਪ੍ਰੈਸ਼ਰ ਹੈਗਾ ਐਂ ਲਾ ਲਓ ਵੀ ਫਿਰ ਵੀ ਫਰਕ ਨਹੀਂ ਪੈ ਰਿਹਾ ਇਹਨੂੰ ਤਾਰਦੇ ਹਾਂ ਤੇ ਦੇਖੋ ਇੰਨਾ ਪੇਚਕਸ ਮਾਰ ਮਾਰ ਕੇ ਵੀ ਨਾ ਇਹਦਾ ਗਾਰਾ ਪਤਾ ਨਹੀਂ ਆ ਰਿਹਾ ਪਤਾ ਨਹੀਂ ਕਿਹੋ ਜਿਹਾ ਚੱਲਣੇ ਹੋਰ
ਪਿੰਨ ਆ ਪਿੰਨ ਪਾਈ ਹੋਈ ਆ ਦੇਖੋ ਉਰੇ यही मेहनत ने काका जी यही मेहनत ने देख रहे हैं ये हार्ड वर्क कितने तक लगे जाता अपन फिर हौली हौली जो माड़ा मोटा तजर्बा आ गया फिर गेम दिखावे असली की होंगी तो हार्ड वर्क चल रहा एक साइड थोड़ी जी नालों गारा गुरा उतर गया थोड़ी साफ हो गई एक साइड तो पर उतर नहीं रहा मैंने ऐसी इजीली बस प्रेशर मारेंगे तार देंगे बस पर वो चीज़ नहीं हैगी पूरा खपना पै रहेगा तो हूँ इधरली साइड आ देखो पेचकस नहीं मारना पहले बहुत बुरा हाल है इधर भी इधर बहुत बुरा हाल है इधर भी मेन आई नजारा जो देख रहे प्रेशर साफ होता है तेल निकली गया मिट्टी पी गई बस इं जम गए तो सारा कुछ नवा पी एक पार्ट तो अवला तो बाकी कोई पता नहीं जिते कर रहे रणवीर उ मार पाने रणवीर नाल दबा रहे हूँ मेरे एक बार ऐ ला लो भी गारा जहा तो उतर गया सारा साफ हो गया रंग निकलिया आ रंग दिखता नहीं पहला फोड़ का फिर अंदर का की हाल है अंदर तो बड़ा बुरा हाल है भाई तो ये उत्तर एक बार पानी जहाँ मार दें बाकी तो आ नट खुल नहीं रहा हले खोलना भी कानू है पानी मार के साफ कर दें अंदर बस उदों की प्रेशर मार दें बाकी हो गया गारा गुरा जहा उतर गया उरे बहुत गारा सी पिछे बहुत गारा सी पिछों भी सफाई हो गई रंग जहाँ दिखने लग गया भी फोड़ है पहला जारी जारी जा देखो हम एक नीचे देखो की कुछ उतरे तो चलो वह मीटर वाला भी कर ही दें चलो जी सत्त बज चुके ने असी पांच बजे स्टार्ट किया धोना तो दो घंटे के बच्चों लो जिन्ना का साफ हो सकया कर कोशिश की है कि आ देखो हूँ दिखन लगिया ने नवील पूरी ऐसे जी तो है देखो इन्ना टाइम रगड़ के बाकी माड़ा मोटा रंग जहा निकल ट्रैक्टर का चलो अज तो है गया कुछ समय तक तैयार भी हो जाऊगा मुड़े गारा ही गारा सी मसा उतरे अंदरों भी साफ हो गया आ देख लो ये हालात बैटरी दोबारे धर दी है स्टार्ट करके इन साइड पर लाइए वो ट्रैक्टर के पिछे ला दें अभी एक तो स्टार्ट मेरा जामा ना कह एक गल होर कहते ना कद आवाज बनी है ना फराटा मारे इन्हें कदे एवं जिम्मे ट्रैक्टर फोड़ मार देने भी शुरू से दिक्कत रही शुरू से दुखी रहने तो देख रहे आप कर पाने तो हूँ इन साइड से ला दें ट्रैक्टर में उसी जिसे पहला खड़ा सी गाँव
ਇੰਜਣ ਦਾ ਸੈੱਟ ਹੈ ਇਹਦਾ ਆਪਣੇ ਹਿਸਾਬ ਨਾਲ ਉਹਦੇ ਤੋਂ ਹਾਲਾਤ ਪਤਾ ਲੱਗ ਗਏ ਕੋਲੇ ਨੂੰ ਪਹਿਲਾਂ ਨਹੀਂ ਪੈਂਦਾ ਦੂਜਾ ਨਹੀਂ ਪੈਂਦਾ ਸਿੱਧਾ ਦੂਜਾ ਪੈਂਦਾ ਤੀਜਾ ਨਹੀਂ ਪੈਂਦਾ ਸਿੱਧਾ ਦੂਜਾ ਪੈਂਦਾ ਪਹਿਲਾਂ ਨਹੀਂ ਪੈਂਦਾ ਬੈਗ ਤੇ ਦੂਜਾ ਕਿਹੜੀ ਕੰਮ ਕਰਦੇ ਨੇ ਬਸ ਜੀ ਕੋਈ ਹੈ ਗਿਆ ਸਾਫ ਹੋ ਗਿਆ ਅਤੇ ਇਸ ਤੋਂ ਬਾਅਦ ਇਹਦੀ ਮੋਡੀਫਿਕੇਸ਼ਨ ਦਾ ਕੰਮ ਜਲਦੀ ਸ਼ੁਰੂ ਹੋ ਜੂਗਾ ਪ੍ਰੈਸ਼ਰ ਵਾਲੀ ਸੂਈ ਕੰਮ ਕਰਦੀ ਹੈ ਕਿਆ ਬਾਤ ਹੈ ਅਤੇ ਇਹਦੇ ਇਹ 3000 ਹੈਗਾ ਜੇ ਸਾਰੇ ਪੇਂਟਰ ਡੈਂਟਰ ਬਬਲੂ ਸਾਰੇ ਛੁੱਟੀ 'ਤੇ ਸੀਗੇ ਅਤੇ 3000 ਦੇ ਆਪਾਂ ਨੇ ਆਹ ਮੂਠਾ ਇਹਨੇ ਲਾ ਦਿੱਤਾ ਹੈਗਾ ਅਤੇ ਇਹਦਾ ਦੂਸਰਾ ਨਵਾਂ ਲਾ ਦਿੰਦਾ ਜਿਹੜਾ ਅਤੇ ਇਹਦੇ ਓਰੀਜਨਲ ਮੀਟਰ ਲਾਉਣ ਦੀ ਹੀ ਮੇਰੀ ਕੋਸ਼ਿਸ਼ ਬਾਕੀ ਦੇਖਦੇ ਹਾਂ ਅੱਜ ਵੀਡੀਓ ਦੇ ਵਿੱਚ ਬਸ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਬਸ ਉਹ ਟਰੈਕਟਰ ਨੂੰ ਧੋ ਲਿਆ ਅਤੇ ਬਾਕੀ ਤੁਹਾਨੂੰ ਦਿਖਾ ਤਾ ਤੁਹਾਡੇ ਨਾਲ ਅਤੇ ਜਵਾਕਾਂ ਨਾਲ ਵੀ ਇੰਜੋਏ ਕਰ ਲਿਆ ਅਤੇ ਕੱਲ੍ਹ ਦੀ ਵੀਡੀਓ ਦੇ ਵਿੱਚ ਮਿਲਦੇ ਹਾਂ ਬਾਈ ਅਤੇ ਮੈਂ 3 ਬੇੜੀਆਂ 'ਤੇ ਸਵਾਰ ਹੋਇਆ ਪਿਆ ਹੈ ਨਾ 3 ਜਾਂ 4 ਬੇੜੀਆਂ 'ਤੇ ਸਵਾਰ ਹੈ 2 ਬੇੜੀਆਂ 'ਤੇ ਚੱਲ ਸਕਦਾ ਮੈਂ ਅਤੇ ਮਤਲਬ ਵੀ ਜੋਬ ਵੀ ਜਾ ਰਿਹਾ ਗਾ ਅਤੇ ਇੱਧਰ ਵੀ ਦੇਖ ਰਿਹਾ ਗਾ ਅਤੇ ਮੇਰੀ ਕੋਸ਼ਿਸ਼ ਹੁਣ ਇਹ ਹੈ ਵੀ ਜੇ ਕੰਮ ਖਿਚਾਉਣੇ ਨੇ ਤਾਂ ਜੋਬ ਤੋਂ ਥੋੜ੍ਹਾ ਜਿਹਾ ਟਾਈਮ ਗੈਪ ਆਉਣਾ ਪਊਗਾ ਉੱਧਰੋਂ ਛੁੱਟੀ ਲੈਣੀ ਪਊਗੀ ਅਤੇ ਉਹ ਮੈਂ ਕੋਸ਼ਿਸ਼ ਕਰਦਾ ਗਾ ਜਿਹੜੇ ਹਿਸਾਬ ਨਾਲ ਆਪਾਂ ਛੁੱਟੀ ਲੈਂਦੇ ਹਾਂ ਅਤੇ ਛੁੱਟੀ ਲੈ ਕੇ ਆਹ ਸੈੱਟ ਕਰ ਲਈਏ ਸਾਰਾ ਕੁਛ ਅਤੇ ਮੈਨੂੰ ਵੀ ਫੀਲ ਹੋਇਆ ਵੀ ਜਦੋਂ ਤੱਕ ਮੈਂ ਖੁਦ ਨਹੀਂ ਹੁੰਦਾ ਹੈਗਾ ਉਦੋਂ ਤੱਕ ਕੰਮ ਖਿੱਚੇ ਨਹੀਂ ਜਾਂਦੇ ਹੈਗੇ ਸਮਾਨ ਲਿਆਉਣਾ ਟਾਇਰ ਲਿਆਉਣੇ ਅਲਾਏ ਲਿਆਉਣੇ ਸਪੇਅਰ ਪਾਰਟ ਲਿਆਉਣੇ ਸਾਰਾ ਕੰਮ ਜੇ ਪਤਾ ਹੋਣਾ ਵੀ ਕਿਹੜਾ ਕਿਹੜਾ ਕੰਮ ਹੋਣ ਵਾਲਾ ਅਗਲੇ ਦਿਨ ਡਿਊਟੀ ਲਾਉਣੀ ਵੀ ਅਗਲੇ ਦਿਨ ਦੇ ਆਹ ਕੰਮ ਨੇ ਉਹ ਸਾਰੀ ਚੀਜ਼ਾਂ ਮੇਰੇ 'ਤੇ ਹੀ ਡਿਪੈਂਡ ਨੇ ਸਾਰੀਆਂ ਅਤੇ ਕੋਸ਼ਿਸ਼ ਹੁਣ ਮੇਰੀ ਇਹੀ ਹੈ ਵੀ ਮੈਂ ਆਪ ਹੀ ਖਿਚਵਾਵਾਂ ਸਾਰੇ ਕੰਮ ਖਿੱਚਦੇ ਹਾਂ ਦੱਬਦੇ ਹਾਂ ਕੰਮ ਨੂੰ ਅਤੇ ਜਲਦੀ ਜਲਦੀ ਆਹ 3000 ਤਿਆਰ ਕਰ ਦਈਏ ਅਤੇ ਉਸ ਤੋਂ ਬਾਅਦ ਆਪਣੇ ਜਿਹੜੇ 2 ਨੇ ਉਹ ਵੀ ਪੇਂਟ ਲਈ ਹੀ ਤਿਆਰ ਖੜ੍ਹੇ ਨੇਗੇ ਉਹਦੀ ਇੱਕ ਦੀ ਟੈਸਟਿੰਗ ਹੋ ਜਾਣੀ ਹੈ ਇੱਕ ਦੀ ਟੈਸਟਿੰਗ ਬਿਆਸੀ ਦੀ ਹੋ ਚੁੱਕੀ ਹੈਗੀ ਅਤੇ ਬਾਕੀ ਦੇਖਦੇ ਕੱਲ੍ਹ ਦੀ ਵੀਡੀਓ 'ਚ ਮਿਲਦੇ ਹਾਂ ਬਾਈ ਦਿਲੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਹੋਰ ਸਟੰਟ